ਪੰਜਾਬ ਵਿਧਾਨ ਸਭਾ ਦਾ 5 ਰੋਜ਼ਾ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 1 ਨਵੰਬਰ ਤੱਕ ਚੱਲੇਗਾ। ਇਸ ਇਜਲਾਸ ਦੇ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਨੂੰ ਦੇਖਦਿਆਂ ਸੱਤਾਧਾਰੀ ਧਿਰ ਅਕਾਲੀ ਦਲ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਲਈ ਇਹ ਇਜਲਾਸ ਮਹੱਤਤਾ ਰੱਖਦਾ ਹੈ। ਹਾਕਮ ਧਿਰ ਜਿੱਥੇ ਕੁਝ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਕਾਂਗਰਸ ਪ੍ਰਾਪਰਟੀ ਬਿੱਲ ਅਤੇ ਹੋਰ ਮਸਲਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹੈ। ਕਾਂਗਰਸ ਨੂੰ ਹਾਲਾਂਕਿ ਧੜਿਆਂ 'ਚ ਵੰਡੀ ਹੋਣ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਂਗਰਸ ਨੇ ਸਪੀਕਰ ਨੂੰ ਮੰਗ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਇਸ ਇਜਲਾਸ ਦੀ ਮਿਆਦ ਵਧਾਈ ਜਾਵੇ, ਪਰ ਜਾਪਦਾ ਨਹੀਂ ਕਿ ਇਸ ਇਜਲਾਸ ਦਾ ਸਮਾਂ ਵਧੇਗਾ। ਪੰਜਾਬ ਵਿਧਾਨ ਸਭਾ ਦਾ 5 ਰੋਜ਼ਾ ਇਸ ਇਜਲਾਸ ਸੰਬੰਧੀ ਗੱਲ ਕਰਦੇ ਹਾਂ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੇ ਨਾਲ। ਜੀ ਜਗਤਾਰ, ਇਸ ਇਜਲਾਸ ਦੌਰਾਨ ਕਿਹੜੇ ਕਿਹੜੇ ਮੁੱਦੇ ਭਾਰੂ ਰਹਿਣ ਦੀ ਸੰਭਾਵਨਾ ਹੈ? ਸਰਲੀਨ, ਮੈਂ ਦੱਸਣਾ ਚਾਹਾਂਗੀ, ਅੱਜ ਦੁਪਹਿਰੇ 2 ਵਜੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੋਏਗਾ। ਪਹਿਲੇ ਦਿਨ ਜਿੰਨੀਆਂ ਵੀ ਵਿਛੜੀਆਂ ਰੂਹਾਂ ਹੈਗੀਆਂ ਨੇ, ਜਾਂ ਨੈਸ਼ਨਲ ਲੈਵਲ ਦੀ ਜਾਂ ਪੰਜਾਬ ਲੈਵਲ ਦੇ ਜਿੰਨੇ ਵੀ ਮਰਹੂਮ ਜਿਹੜੇ ਅੱਜ ਦੁਨੀਆਂ ਤੇ ਅਲਵਿਦਾ ਹੋ ਗਏ ਨੇ, ਜਿਹੜੇ ਨਹੀਂ ਰਹਿ ਗਏ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਸਭ ਤੋਂ ਜਿਹੜਾ ਕੱਲ੍ਹ ਤੋਂ ਜਿਹੜਾ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਦਾ ਜਿਹੜਾ ਅਸਲੀ ਰੂਪ ਸਾਹਮਣੇ ਦੇਖਣ ਨੂੰ ਮਿਲੇਗਾ, ਜਿਹਦੇ 'ਚ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਵੱਲੋਂ ਰਣਨੀਤੀ ਛੂ ਲਈ ਗਈ ਹੈ, ਪੂਰੇ ਅੰਤਮ ਪੜਾਅ ਤੇ ਹੈਗੀ ਹੈ। ਤੇ ਇਹਨਾਂ 1 ਤਰੀਕ ਤੱਕ ਚੱਲਣ ਵਾਲੇ ਇਸ ਅਜਲਾਸ ਦੌਰਾਨ ਵਿਰੋਧੀ ਧਿਰ ਵੱਲੋਂ ਜਿੰਦਾਬੇਰੀ ਕਾਰਡ, ਜਾਇਦਾਦ ਟੈਕਸ, ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ, ਵੈਟ ਰਿਫੰਡ, ਵਿੱਤੀ ਹਾਲਾਤ, ਇੱਕ ਤੇ ਨੌਜਵਾਨਾਂ 'ਚ ਜਿਹੜੀ ਨਸ਼ਿਆਂ ਦੀ ਲੱਤ ਹੈਗੀ ਆ, ਔਰ ਝੋਨੇ ਦੀ ਖਰੀਦ ਨੂੰ ਲੈ ਕੇ ਇਹ ਅਹਿਮ ਜਿਹੜੇ ਮੁੱਦੇ ਹੈਗੇ, ਉਹਨਾਂ ਨੂੰ ਕਾਂਗਰਸ ਮੰਗ ਕਰ ਰਹੀ ਹੈਗੀ ਕਿ ਉਠਾਏ ਜਾਣਗੇ ਤੇ ਸਮਾਂ ਬਹੁਤ ਘੱਟ ਹੈ। ਤੇ ਇਹ ਸਪੀਕਰ ਨੂੰ ਉਹਨਾਂ ਪਿੱਛੇ ਜੇ ਮੰਗ ਪੱਤਰ ਦੇ ਕੇ ਵੀ ਅਪੀਲ ਕੀਤੀ ਹੈਗੀ ਸੀ ਕਿ ਘੱਟੋ ਘੱਟ ਇਹ 15 ਦਿਨ ਦਾ ਅਜਲਾਸ ਬੁਲਾਇਆ ਜਾਵੇ, ਲੇਕਿਨ ਇਹ ਜਿਹੜਾ ਹੁਣ ਫੈਸਲਾ ਹੈਗਾ ਉਹ ਅੱਜ ਦੁਪਹਿਰ ਤੋਂ ਬਾਅਦ ਪਤਾ ਚੱਲੇਗਾ, ਜਦ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਏਗਾ। ਦੋਨਾਂ ਪਾਰਟੀਆਂ ਦੇ ਵਿਧਾਇਕ ਸ਼ਾਮਿਲ ਹੋਣਗੇ ਕਿ 1 ਨਵੰਬਰ ਤੱਕ ਇਹ ਅਜਲਾਸ ਜਾਰੀ ਰਹੇਗਾ ਜਾਂ ਫਿਰ ਕਾਂਗਰਸ ਦੀ ਜਿਹੜੀ ਮੰਗ ਉਹ ਪ੍ਰਵਾਨ ਕਰ ਲਈ ਜਾਂਦੀ ਹੈ। ਜੀ ਹਰਲੀਨ, ਜਗਤਾਰ, ਤੁਹਾਨੂੰ ਲੱਗਦਾ ਹੈ ਕਿ ਹਿੱਸਿਆਂ 'ਚ ਵੰਡੀ ਕਾਂਗਰਸ ਪਾਰਟੀ ਲਈ ਇਹ ਅਜਲਾਸ ਪਰਖ ਦੀ ਘੜੀ ਹੈ? ਹਰਲੀਨ, ਬਿਲਕੁਲ, ਕਿਉਂਕਿ ਲੋਕ ਸਭਾ ਚੋਣਾਂ ਬਿਲਕੁਲ ਸਿਰ ਤੇ ਹੈਗੀਆਂ ਨੇ ਔਰ ਕਾਂਗਰਸ ਪਾਰਟੀ ਦੀ ਹਾਲੇ ਵੀ ਜਿਹੜੀ ਇਕਜੁੱਟਤਾ ਨਹੀਂ ਦਿਖ ਰਹੀ ਹੈਗੀ। ਔਰ ਬੀਤੇ ਦਿਨ ਜਿਸ ਤਰ੍ਹਾਂ ਨਵੀਂ ਦਿੱਲੀ ਵੀ ਵੇਖੇ, ਜਿਹੜੇ ਪਾਰਟੀ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਵੱਲੋਂ ਪੰਜਾਬ ਦੇ ਜਿੰਨੇ ਵੀ ਵਿਧਾਇਕ ਉਹਨਾਂ ਦੀ ਮੀਟਿੰਗ ਬੁਲਾਈ ਗਈ ਸੀ, ਪਰ ਉਸ ਮੀਟਿੰਗ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਰੜਕਦੀ ਰਹੀ, ਇੱਥੋਂ ਤੱਕ ਕਿ ਬੀਬੀ ਹਰਜਿੰਦਰ ਕੌਰ ਪੱਟਲ ਵੀ ਮੀਟਿੰਗ ਤੋਂ ਬਾਹਰ ਆ ਗਏ। ਅਗਰ ਪੰਜਾਬ ਸਰਕਾਰ ਨੇ ਕਾਂਗਰਸ ਨੇ ਲੋਕ ਸਭਾ ਚੋਣਾਂ 'ਚ ਚੰਗੇ ਨਤੀਜੇ ਹਾਸਿਲ ਕਰਨੇ, ਤੁਹਾਨੂੰ ਆਪਣੀ ਇਕਜੁੱਟਤਾ ਦਿਖਾਉਣੀ ਪਏਗੀ। ਔਰ ਉਸ ਖਾਸ ਕਰਕੇ ਜਿਹੜਾ ਵਿਧਾਨ ਸਭਾ ਜਿਹੜਾ ਬਜਟ ਜਿਹੜਾ ਅਜਲਾਸ ਸ਼ੁਰੂ ਹੋ ਰਿਹਾ ਅੱਜ ਤੋਂ, ਇੱਕ ਵੱਡਾ ਪਲੇਟਫਾਰਮ ਹੈਗਾ ਓਪੋਜੀਸ਼ਨ ਪਾਰਟੀ ਲਈ। ਅਗਰ ਇਸ ਕਾਂਗਰਸ ਪਾਰਟੀ ਨੇ ਇਸ ਵਿਧਾਨ ਸਭਾ ਦੇ ਦੌਰਾਨ ਆਪਣੀ ਇੱਕਜੁੱਟਤਾ ਦਿਖਾ ਦਿੱਤੀ, ਏਕਾ ਦਿਖਾ ਦਿੱਤਾ, ਤੇ ਕਾਫੀ ਇਹ ਵਿਰੋਧੀ ਧਿਰ ਅੱਛੀ ਭੂਮਿਕਾ ਨਿਭਾ ਸਕਦਾ, ਕਿਉਂਕਿ ਕਹਿ ਸਕਦੇ ਕਿ ਲੋਕਤੰਤਰ ਪ੍ਰਣਾਲੀ ਦੇ ਵਿੱਚ ਅਗਰ ਜੇ ਸਰਕਾਰ ਦੀ ਭੂਮਿਕਾ ਜ਼ਿਆਦਾ ਮਹੱਤਤਾ ਰੱਖਦੀ, ਉਸ ਤੋਂ ਵੱਧ ਓਪੋਜੀਸ਼ਨ ਪਾਰਟੀ ਦੀ ਭੂਮਿਕਾ ਮਹੱਤਤਾ ਰੱਖਦੀ ਹੈ, ਉਹਨੂੰ ਲੋਕਤੰਤਰ ਪ੍ਰਣਾਲੀ ਦੀ ਰੀੜ ਦੀ ਹੱਡੀ ਕਿਹਾ ਜਾ ਸਕਦਾ। ਔਰ ਪਿਛਲੇ ਅਸੀਂ 10 ਮਹੀਨਿਆਂ ਦੌਰਾਨ ਜਿਹੜੀ ਪਰਫਾਰਮੈਂਸ ਦੇਖੀ ਓਪੋਜੀਸ਼ਨ ਪਾਰਟੀ ਦੀ, ਉਹ ਐਡੀ ਖਾਸ ਨਹੀਂ। ਪਿਛਲੇ ਬਜਟ ਸੈਸ਼ਨ ਦੀ ਗੱਲ ਕਰੀਏ ਜਾਂ ਦੂਜੇ ਸੈਸ਼ਨ ਦੀ ਗੱਲ ਕਰੀਏ, ਤੇ ਕਾਂਗਰਸ ਜਿਹੜੀ ਪਾਰਟੀ ਉਹ ਸਰਕਾਰ ਨੂੰ ਘੇਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਤੇ ਕੁੱਲ ਮਿਲਾ ਕੇ ਜਿਹੜਾ ਕਾਂਗਰਸ ਪਾਰਟੀ ਨੇ ਅਗਰ ਕੁਛ ਹਾਸਲ ਕਰਨਾ ਹੈਗਾ ਵਾ, ਲੋਕਾਂ ਦੀ ਹਮਦਰਦੀ ਹਾਸਲ ਕਰਨੀ ਹੈ, ਤੇ ਇਹਨਾਂ ਵਾਸਤੇ ਸਭ ਤੋਂ ਵੱਡਾ ਪਲੇਟਫਾਰਮ ਆ। ਉਹ ਦੇਖਦੇ ਅੱਜ ਜਿਹੜੀਆਂ ਵਿਛੜਾ ਰੂਹਾਂ ਉਪਰੰਤ ਜਿਹੜਾ ਕੱਲ੍ਹ ਤੋਂ ਜਿਹੜਾ ਅਸਲੀ ਰੂਪ ਵਿੱਚ ਵਿਧਾਨ ਸਭਾ ਦਾ ਜਿਹੜਾ ਇਜਲਾਸ ਸ਼ੁਰੂ ਹੋਏਗਾ, ਕਾਂਗਰਸ ਪਾਰਟੀ ਸਰਕਾਰ ਨੂੰ ਜਿਹੜੇ ਜਿਹੜੇ ਉਹਨਾਂ ਮੁੱਦਿਆਂ ਦੀ ਮੰਗ ਕੀਤੀ ਕਿ ਘੇਰ ਪਾਏਗੀ, ਇਹ ਕੱਲ੍ਹ ਹੀ ਪਤਾ ਲੱਗੇਗਾ। ਜੀ ਹਰਲੀਨ ਜੀ, ਧੰਨਵਾਦ ਜਗਤਾਰ ਤੁਹਾਡਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।